ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਆਦੇਸ਼ ਜਾਰੀ ਕੀਤੇ ਗਏ ਸੀ ਕਿ 3 ਦਿਨ ਦੇ ਵਿੱਚ ਆਪੋ ਆਪਣੀ ਜਿਹੜੀ ਰੇਤ ਕਿਸਾਨ ਨੂੰ ਚੁੱਕ ਸਕਣਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ, ਕਿੰਨਾ ਕੁ ਅਸਰਦਾਰ ਤੁਹਾਨੂੰ ਇਹ ਸਾਬਤ ਹੋ ਰਿਹਾ ਹੈ? ਮੇਰਾ ਨਾਮ ਹਰਸ਼ਪਾਲ ਸਿੰਘ ਆ, ਸੰਧੂ ਜੀ, ਪਿੰਡ ਆਲੀ ਗਲਾਂ। ਦੇਖੋ ਜੀ, ਸਰਕਾਰ ਤੇ ਐਲਾਨ ਕਰ ਦਿੰਦੀ ਉੱਥੇ ਬੈਠਿਆਂ ਹੀ, ਪਰ ਉਹ ਜਿਹੜਾ ਵਾ ਜ਼ੀਰੋ ਲੈਵਲ ਤੇ ਜਿਹੜਾ ਉਹਨਾਂ ਦੇ ਨੁਮਾਇੰਦੇ ਆਣ ਕੇ ਵੇਖਦੇ ਨਹੀਂ, ਕਿਸੇ ਨੂੰ ਪੁੱਛਦੇ ਨਹੀਂ ਆ। ਉਹ ਉਹਨਾਂ ਦੇ ਕੋਈ ਮੰਤਰੀ ਇੱਥੇ ਪਹੁੰਚਣ ਤਾਂ ਉਹਨਾਂ ਨੂੰ ਪਤਾ ਹੋਵੇ। ਉਹਨਾਂ ਨੇ ਇੱਕ ਬੈਠਿਆਂ ਉੱਥੇ ਐਲਾਨ ਕਰਤਾ ਸਰਕਾਰ ਨੇ ਕਿ 3 ਦਿਨ ਦਾ ਟਾਈਮ ਆ। ਸਭ ਤੋਂ ਜ਼ਿਆਦਾ ਮੈਂ ਸੋਚਦਾ ਸਾਡੇ ਜਿਹੜਾ ਏਰੀਏ ਦੇ ਵਿੱਚ ਸ਼ਾਇਦ ਉਹਨਾਂ ਵੇਖਿਆ ਨਹੀਂਗਾ, ਸੁਲਤਾਨਪੁਰ ਲੋਧੀ ਪਿੰਡ ਵਾਲੀ ਕਲਾਂ ਜਿਹੜਾ ਵਾ ਕਪੂਰਥਲਾ ਜ਼ਿਲ੍ਹਾ, ਇਹਦੇ ਵਿੱਚ ਜਿਹੜਾ ਵਾ ਹੜ੍ਹ ਦੇ ਕਾਰਨ ਜਿਹੜਾ ਫਸਲਾਂ ਬਰਬਾਦ ਹੋਈਆਂ ਸੀ। ਉਹ ਤੋਂ ਬਾਅਦ ਜਿਹੜਾ ਜ਼ਮੀਨਾਂ ਜਿਹੜੀਆਂ ਟੋਏ ਪੈ ਗਏ, ਉੱਚੀ ਉੱਚੀ ਰੇਤ ਜਿਹੜੀ 5-5 ਫੁੱਟ ਰੇਤ ਜਿਹੜੀ ਆ ਚੜ੍ਹ ਗਈ ਆ, ਤੇ ਉਹਨੂੰ ਜਿਹੜਾ ਵਾ ਅਜੇ ਤਾਂ ਪਾਣੀ ਨੀ ਸਾਡਾ ਬੰਦ ਹੋਇਆ, ਤੇ ਉਹਨੂੰ ਅਸੀਂ ਕਿੱਦਾਂ 3 ਦਿਨ ਦੇ ਵਿੱਚ ਅਸੀਂ ਚੁੱਕ ਸਕਦੇ ਹਾਂ? ਉਹਨੂੰ ਅਜੇ ਬਹੁਤ ਟਾਈਮ ਚਾਹੀਦਾ ਵਾ। ਅਜੇ ਸਾਡਾ ਕੋਈ 15 ਦਿਨਾਂ ਤੇ ਪਾਣੀ ਨਹੀਂ ਬੰਦ ਹੁੰਦਾ। ਥੋੜੀਆਂ ਬਾਲੀਆਂ ਜਿਹੜੀਆਂ ਸਾਡੀਆਂ ਕੁਝ ਜ਼ਮੀਨਾਂ ਜਿਹੜੀਆਂ ਜਿਹਨਾਂ 'ਚ ਪਾਣੀ ਉਤਰ ਗਿਆ ਸੀ, ਉਹਨਾਂ ਦੇ ਵਿੱਚ ਅਸੀਂ ਸਾਹਮਣੇ ਕੈਮਰਾਮੈਨ ਦਿਖਾ ਹੀ ਸਕਦੇ ਆ ਕਿ ਬਹੁਤ ਜ਼ਿਆਦਾ ਰੇਤ ਵਾ, ਤੇ ਉਹ ਜਿਹੜੀ ਰੇਤ ਨੂੰ ਚੁੱਕਣ ਵਾਸਤੇ ਜਿਹੜਾ 6 ਮਹੀਨੇ ਸਾਨੂੰ ਸਮਾਂ ਚਾਹੀਦਾ। ਅਜੇ ਤਾਂ ਸਾਡੇ 15 ਦਿਨ ਪਾਣੀ ਬੰਨਣ ਲੱਗ ਜਾਣੇ ਆ, ਤੇ ਉਹਨਾਂ ਨੇ ਕਹਿਤਾ ਕਿ 3 ਦਿਨ ਦੇ ਵਿੱਚ ਜਿਹੜਾ ਵਾ ਰੇਤ ਉਹ ਮਤਲਬ ਖੇਤਾਂ ਵਿੱਚ ਚੁੱਕੀ। ਅੱਜ ਆਖਰੀ ਟਾਈਮ ਆ, ਤੇ ਹਜੇ ਇਹ ਨਹੀਂ ਜਲਦੀ ਜਿਹੜਾ ਕਿੱਦਾਂ ਰੇਤ ਚੁੱਕ ਸਕਦੇ ਹਾਂ, ਕਿਉਂਕਿ ਉਹਨੂੰ ਬਹੁਤ ਸਮਾਂ ਚਾਹੀਦਾ। 1 ਏਕੜ ਦੇ ਵਿੱਚੋਂ ਰੇਤ ਚੁੱਕਣੀ ਹੋਵੇ 3 ਫੁੱਟ, ਤਾਂ ਉਹਨੂੰ 3 ਦਿਨ ਦਾ ਸਮਾਂ ਚਾਹੀਦਾ। ਤੇ ਉਹ ਲਾ ਲਓ ਤੁਸੀਂ 20-25 ਹਜ਼ਾਰ ਏਕੜ ਜ਼ਮੀਨ ਦੇ ਵਿੱਚ ਜਿਹੜਾ ਰੇਤ ਵਾ, ਉਹਦੇ ਵਾਸਤੇ ਸਮਾਂ 6 ਮਹੀਨੇ ਤੋਂ ਘੱਟ ਜਿਹੜਾ ਸਮਾਂ ਨਹੀਂ ਚਾਹੀਦਾ, ਕਿਉਂਕਿ ਰੇਤ ਬਹੁਤ ਖੇਤਾਂ ਦੇ ਵਿੱਚ ਭਰੀ ਆ। ਘੱਟੋ ਘੱਟ 20-25 ਹਜ਼ਾਰ ਏਕੜ ਜ਼ਮੀਨ ਆ ਜਿਹਦੇ ਵਿੱਚ ਰੇਤ ਜਿਹੜੀ ਉਹ ਭਰ ਚੁੱਕੀ ਆ। ਅਸੀਂ ਸਰਕਾਰ ਤੋਂ ਮੰਗ ਚਾਹੁੰਦੇ ਹਾਂ ਕਿ ਜਾਂ ਤਾਂ ਇਸ ਨੂੰ ਜਿਹੜਾ ਵਾ ਉਹ ਸਾਨੂੰ ਸ਼ਰਿਆਂ ਵੇਚਣ ਵਾਸਤੇ ਜਿਹੜਾ ਖੁੱਲ੍ਹ ਦਿੱਤੀ ਜਾਵੇ ਕਿ ਅਸੀਂ ਕਿਤੇ ਵੀ ਇਹਨੂੰ ਲਿਜਾ ਕੇ ਵੇਚ ਲਈਏ, ਕਿਉਂਕਿ ਜਿਹੜਾ ਸਾਡਾ ਨੁਕਸਾਨ ਹੋਇਆ ਝੋਨੇ ਦਾ ਉਹਦੀ ਭਰਪਾਈ ਕਰ ਸਕੀਏ, ਤੇ ਜਾਂ ਫਿਰ ਟਾਈਮ ਵੱਧ ਦੇਣ ਸਾਨੂੰ, ਲੰਮਾ ਟਾਈਮ ਦੇਣ, ਤੇ ਫਿਰ ਹੀ ਅਸੀਂ ਇਹਨੂੰ ਰੇਤ ਨੂੰ ਚੁੱਕ ਕੇ ਜਿਹੜਾ ਵਾ ਉਹਦੀ ਭਰਪਾਈ ਕਰ ਸਕਦੇ ਹਾਂ। ਤੁਹਾਡਾ ਤੇ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਰੇਤ ਚੁੱਕਣ ਲਈ ਮਹਿਜ 3 ਦਿਨਾਂ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ? ਜੀ, ਮੈਂ ਗੁਰਦੌਰ ਸਿੰਘ ਵਾਲੀ ਕਲਾਂ ਜੀ। ਸਰਕਾਰ ਦਾ ਜਿਹੜਾ ਫੈਸਲਾ ਆਇਆ ਨਾ 3 ਦਿਨ ਵੀ ਰੇਤ ਚੁੱਕ, ਇਹ ਬਿਲਕੁਲ ਭਾਜੀ ਗਲਤ ਆ ਜੀ। 3 ਦਿਨਾਂ ਦੇ ਵਿੱਚ ਭਾਜੀ ਅਸੀਂ ਤੇ ਆਪਦਾ ਜੀ ਬੰਨ ਬੰਨਣ ਦੇ ਆ ਜੀ, ਸਾਡਾ ਘੱਟੋ ਘੱਟ ਜੀ 10 ਤੋਂ 15 ਦਿਨ ਭਾਜੀ ਲੱਗ ਜਾਣੇ ਬੰਨ ਬੰਨਦਿਆਂ ਨੂੰ। ਰੇਤ ਵਾਲ ਤੇ ਭਾਜੀ 6 ਤੋਂ 7 ਫੁੱਟ ਵਾਲੇ ਰੇਤ ਜ਼ਮੀਨਾਂ ਪੈ ਚੁੱਕੀ ਆ, ਤੇ ਇਹ ਬਹੁਤ ਵੱਡਾ ਏਰੀਆ ਵਾ। ਇਹ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ, ਸਾਡੇ ਪਿੰਡ ਦਾ ਹੋਇਆ, ਆਲੀ ਕਲਾਂ ਪਿੰਡ ਆ, ਤਹਿਸੀਲ ਸੁਲਤਾਨਪੁਰ ਲੋਧੀ। ਇਹਨਾਂ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਨਹੀਂ ਕੀਤੇ ਹੋਇਆ, ਤੇ ਪਰ ਦੁੱਖ ਦੀ ਗੱਲ ਭਾਜੀ ਇਹ ਆ ਵੀ ਸਰਕਾਰ ਦਾ ਕੋਈ ਵੀ, ਮੰਨ ਲਓ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਸਾਡੇ ਕੋਲ ਤੱਕ ਨਹੀਂ ਇੱਥੇ ਪਹੁੰਚਿਆ ਜੀ। ਸਾਡੀ ਕਿਸੇ ਨੇ ਇੱਥੇ ਆਣ ਕੇ ਬਾਹ ਨਹੀਂ ਫੜੀ, ਕਿਸੇ ਨੇ ਸਾਰ ਨਹੀਂ ਲਈ। ਪਹਿਲਾਂ ਸਾਨੂੰ ਆਣ ਕੇ ਪੁੱਛਦੇ ਸੀ ਤੁਹਾਡਾ ਹਾਲਾਤ ਕੀ ਇੱਥੋਂ ਦੇ, ਘੱਟੋ ਘੱਟ ਭਾਜੀ 20 ਤੋਂ 25 ਹਜ਼ਾਰ ਏਕੜ ਜ਼ਮੀਨ ਸਾਡੀ ਇੱਦਾਂ ਦੀ ਹੈ ਜਿੱਥੇ ਸਾਡਾ ਝੋਨਾ ਬਿਲਕੁਲ ਖਤਮ ਹੋ ਗਿਆ ਜੀ। ਹੁਣ ਰੇਤਾ ਇੰਨੀ ਜ਼ਿਆਦਾ ਪੈ ਚੁੱਕੀ ਆ ਵੀ ਉਸੇ ਕਣਕ ਨਹੀਂ ਬੀਜੀ ਜਾਣੀ, ਕਿਤੇ ਟੋਏ ਪੈ ਗਏ ਆ, ਕਿਤੇ 5-5, 6-6 ਫੁੱਟ ਰੇਤਾ ਪੈ ਗਈ ਆ। ਉਹ ਭਾਜੀ ਤੁਸੀਂ ਸ਼ਾਇਦ ਸਾਹਮਣੇ ਕੈਮਰਾ ਕਰਕੇ ਵੇਖੋ, ਅਸੀਂ ਅਜੇ ਬੰਨ ਬੰਨਣ ਦੇ ਆ ਜੀ। ਸਾਡੇ ਕੋਲ ਤੇ ਭਾਜੀ ਉਨੀ ਮਸ਼ੀਨਰੀ ਹੈ ਨੀਗੀ ਜਿਹਦੇ ਰਾਹੀਂ ਰੇਤਾ ਚੁੱਕ ਸਕੇ, ਛੋਟੇ ਜੀਵਦਾਰ 4-4, 5-5 ਕਿੱਲੇ ਦੇ ਆ ਜੀ। ਉਹ ਵਿਚਾਰੇ ਕਿੱਦਾਂ ਇੱਥੋਂ ਵਿਚਾਰੇ ਰੇਤ ਜ਼ਮੀਨ 'ਚ ਚੁੱਕ ਸਕਦੇ ਆ ਜੀ? ਪਹਿਲਾਂ ਭਗਵੰਤ ਮਾਨ ਆਣ ਕੇ ਸਾਡਾ ਇੱਥੇ ਹਾਲਾਤ ਵੇਖੇ ਜੀ, ਕੋਈ ਆਪਣੇ ਮੰਤਰੀ ਉੱਥੇ ਇਕੱਲੇ ਵੀ ਅਸੀਂ ਕਿਹੜਾ ਪਾਕਿਸਤਾਨ ਦੇ ਵਿੱਚ ਬੈਠੇ ਆ ਜੀ, ਸਿਰਫ ਸਾਡੇ ਕੋਲ ਇੱਥੇ ਸਾਡੇ ਹਲਕੇ ਦੇ ਵਿਧਾਇਕ ਆ ਜੀ ਰਾਣਾ ਇੰਦਰ ਪ੍ਰਤਾਪ ਸਿੰਘ ਜੀ, ਉਹ ਸਾਡੀ ਇੱਥੇ ਮਦਦ ਕਰਨ ਦਾ ਆ। ਹੋਰ ਕੋਈ ਵੀ ਸਾਡਾ ਇੱਥੇ, ਮੰਨ ਲਓ ਸਰਕਾਰ ਦਾ ਇੱਕ ਦਿਨ ਡੀਸੀ ਸਾਹਿਬ ਆਏ ਸੀ, ਉਹ ਵੀ ਇੱਥੋਂ ਗੇੜਾ ਮਾਰ ਕੇ ਚਲੇ ਗਏ ਆ ਜੀ। ਇਹ ਖਰਾਬਾ ਦੇ ਖਰਾਬੇ 'ਚ ਵੀ ਸਾਡੇ ਜ਼ਿਲ੍ਹਾ ਉਹਨਾਂ ਕਰਤਾ ਜੀ, ਲਾਗੇ ਤਰਨ ਤਾਰਨ ਜ਼ਿਲ੍ਹਾ ਪਰਲੀ ਸਾਈਡ ਤੇ ਪੈ ਜਾਂਦਾ, ਉਹਨਾਂ ਲੋਕਾਂ ਨੂੰ ਉੱਥੇ ਪੈਸੇ ਮਿਲ ਗਏ ਆ ਜੀ। ਪਰ ਸਭ ਤੋਂ ਜ਼ਿਆਦਾ ਨੁਕਸਾਨ ਤੇ ਪੂਰੇ ਪੰਜਾਬ ਦੇ ਵਿੱਚ ਹੋਇਆ ਵਾ, ਸਾਡੇ ਕਪੂਰਥਲੇ ਜ਼ਿਲ੍ਹੇ ਦਾ ਹੋਇਆ ਵਾ, ਤੇ ਉਹਦੇ ਵਿੱਚ ਸਾਡਾ ਮਨ ਦਾ ਏਰੀਆ ਸਾਰਾ ਜੀ, ਆਲੀ ਕਲਾਂ ਜਿੰਨੇ ਘੱਟੋ ਘੱਟ ਭਾਜੀ 20 ਤੋਂ 25 ਪਿੰਡ ਆ ਜੀ, ਜਿਹਨਾਂ ਪਿੰਡਾਂ ਦਾ 25 ਹਜ਼ਾਰ ਏਕੜ ਝੋਨਾ ਮਰ ਚੁੱਕਾ ਜੀ। ਉੱਥੇ ਗਾਂ ਭਾਜੀ ਕਣਕ ਨਹੀਂ ਬੀਜੀ ਜਾਣੀ, ਘੱਟੋ ਘੱਟ ਪਹਿਲਾਂ ਦਰਿਆ ਸਾਡਾ ਪਾਣੀ ਘਟਾਉਂਦੇ, ਫਿਰ ਸਾਡਾ ਦਰਿਆ ਦਾ ਬੰਨ ਬੱਜਣਾ, ਰੇਤਾਲ ਦੇ ਭਾਜੀ ਉਹ ਤੋਂ ਬਾਅਦ ਹੋਣਾ ਜੀ। ਉਹ ਵੀ ਘੱਟੋ ਘੱਟ 2 ਜਾਂ 3 ਦਿਨ ਦੇ ਵਿੱਚ ਸਾਡਾ ਨਹੀਂ ਰੇਤ ਚੁੱਕੀ ਜਾਣੀ, ਘੱਟੋ ਘੱਟ ਸਾਨੂੰ 6 ਮਹੀਨੇ ਚਾਹੀਦੇ ਆ ਰੇਤ ਪੈਲੀਆਂ ਆਪਣੀਆਂ ਬਣਾਉਣ ਨੂੰ ਜੀ, ਫਿਰ ਸਾਡੀ ਕਿਤੇ ਰੇਤ ਜਾ ਕੇ ਕਿਸੇ ਪਾਸੇ ਲੱਗਣੀ ਆ। ਸਰਕਾਰ ਨੂੰ ਭਾਜੀ ਇਹੀ ਅਪੀਲ ਕਰਦੇ ਆ ਵੀ ਪਹਿਲਾਂ ਸਾਡੇ ਇੱਥੇ ਆ ਕੇ ਹਾਲਾਤ ਵੇਖਣ ਕੀ ਆ ਜੀ। ਇਹ ਝੂਠ ਨਹੀਂ ਬੋਲਦੇ, ਕਈ ਵਾਰ ਬੰਦਾ ਫੇਸਬੁੱਕ ਤੇ ਜਾਂ ਉਹਦਾ ਪਾਉਂਦਾ ਵੀ ਇਹ ਝੂਠ ਬੋਲਣ ਦਾ, ਪਹਿਲਾਂ ਸਰਕਾਰ ਭਗਵੰਤ ਮਾਨ, ਸਰਕਾਰ ਕੋਈ ਆਪਣਾ ਇੱਥੇ ਮੰਤਰੀ ਸ਼ੰਤਰੀ ਆਣ ਕੇ ਭੇਜੇ ਸੀ ਥੱਲੇ ਆਣ ਕੇ, ਸਾਡੇ ਇੱਥੇ ਹਾਲਾਤ ਹੀ ਵੇਖਣ ਵੀ ਤੁਹਾਡੇ ਹਾਲਾਤ ਕੀ ਆ, ਉਸ ਤੋਂ ਬਾਅਦ ਇਹ ਸਰਕਾਰ ਨੂੰ ਦੱਸਾਂ ਕਿ ਸਾਨੂੰ ਇਹ ਕੀ ਚਾਹੀਦਾ ਵਾ। ਸਰਕਾਰ ਦਾ ਸਾਡੇ ਕੋਲ ਤਾਂ ਇੱਕ ਬੰਦਾ ਕੋਈ ਨਹੀਂ ਪਹੁੰਚਿਆ, ਤੇ ਰੇਤ ਸਾਡੀਆਂ ਪੈਲੀਆਂ 6 ਤੋਂ 7 ਫੁੱਟ ਪਈ ਆ ਜੀ, ਕਿੱਥੋਂ ਦੱਸੋ 3 ਦਿਨਾਂ ਚੁੱਕ ਲਾਂਗੇ ਜੀ? ਇਹ ਹਜ਼ਾਰਾਂ ਕਿੱਲਾ ਭਾਜੀ ਇੱਦਾਂ ਦਾ ਜਿਹੜਾ ਖਰਾਬ ਹੋ ਚੁੱਕਾ ਵਾ, ਤੇ ਪਰ ਸਾਨੂੰ ਸਰਕਾਰ ਤੇ ਇਹ ਦੁਖੀ ਆ ਵੀ ਅੱਗੇ ਸਾਡੇ ਹਾਲਾਤ, ਅੱਗੇ ਵੀ ਭਾਜੀ ਮੰਡ ਦੇ ਏਰੀਏ 'ਚ ਬੈਠੇ ਆ ਤੇ ਸਾਡੇ ਪਹਿਲਾਂ ਵੀ ਪਾਣੀ ਆਉਂਦੇ ਸੀ, ਪਰ ਇਦਾਂ ਕਦੀ ਨਹੀਂ ਹੋਇਆ ਵੀ ਸਰਕਾਰ ਦਾ ਕੋਈ ਬੰਦਾ ਹੀ ਨਾ ਆਵੇ ਜੀ। ਇਹ ਤਾਂ ਸਿਰਫ ਸਾਡੇ ਕਰਮ ਚੰਗੇ ਆ, ਗੁਰੂ ਨਾਨਕ ਸਾਹਿਬ ਦੀ ਧਰਤੀ ਦਾ ਕਰਕੇ ਸਾਨੂੰ ਸਾਡੇ MLA ਵਧੀਆ ਮਿਲ ਗਏ ਰਾਣਾ ਪ੍ਰਸਾਦ, ਤੇ ਉਹਨਾਂ ਨੇ ਸਾਡੇ ਏਰੀਏ ਦੀ